मैले हटे का विचार आप वरताए थी। मत को जाने जाए अगे पाए थी। फाइनली पहुंच गया करतारपुर कोरीडोर। मेरे बैक साइड तुसी देख सकते हैं कि साडे इंडिया वाली साइड दी कार पार्किंग मतलब काफ़ी बड़ी आ। अगर किसी ने अपने व्हीकल ते आना आ ता आ सकते हैं, इत्थे पार्किंग दा भी कोई चक्कर नहीं हैगा। तो मेरे बिल्कुल सामने इंडियन टर्मिनल जिथे इमीग्रेशन साडी इंडियन वाली साइड होनी आ वो बिल्डिंग दे विच सामने होनी आ। मैं अज बयान नहीं कर सकता कि इत्थे आण दी खुशी ते इत्थे आण दी फीलिंग की आ। मतलब एक अलग फीलिंग, एक अलग एक्सपीरियंस होण जा रहा मेरे नाल, लेकिन बहुत खुशी ते बहुत एक्साइटमेंट आ। बाबे नानक जी दे जिथे आखिर दे 17-18 साल बीते वो धरती नूं देखने लई ते उत्थे मत्था टेकने लई काफ़ी ज़्यादा मैं एक्साइटेड आ। सो लैट्स सी, देखते हैं अंदर जाके की कुछ करना पैंदा। पहला इंडिया वाली साइड जाना सी, दैन फिर देखते हैं बाद उधर की है। एक गल मैं थोनों हुण शोर करन लगा कि सिर्फ ETA फॉर्म ते मोर लगती है, किसी पासपोर्ट ते कोई मोर नहीं लगती हैगी। ये वीज़ा फ्री जड़ी एंट्री है साड़ी पाकिस्तान दे लई। सिर्फ असी करतारपुर साहब जिहड़ा गुरुद्वारा साहब है उत्थे तक जा सकते हैं वीज़ा फ्री। वीज़ा फ्री का मतलब कोई पासपोर्ट ते वीज़ा नहीं लगना, कोई पासपोर्ट ते मोर नहीं लगनी हैगी। सो मैं इतों हूँ अंदर एंटर करूँगा, उस तो बाद का जो प्रोसीजर होगा उस तो बाद मैं दसदा। सॉरी, थैंक यू वेरी मच सर। जीरो लाइन तक मतलब पाकिस्तान की जी हद आ उत्थे तक सानू ई रिक्शा छड़ना जा रहे हैं। ई रिक्शा तो इलैक्ट्रॉनिक रिक्शा जिन्हों कहते हैं, ये सानू छड़ूगा जीरो लाइन पर। उस तो बाद मतलब 10-15 कदम पाकिस्तान तो दूर है, सिर्फ 10-15 कदम। मतलब मेरी ए वाली साइड हैगा इंडिया एंड ए वाली साइड पाकिस्तान। ऑफिशियली पाकिस्तान के अंदर एंटर कर लगे हैं। काफ़ी खुशी महसूस होंगी कि बाबे नानक की मेहर के नाल पाकिस्तान आए हैं तो मत्था टेकन लगे हैं। तो पाकिस्तान एंटर करके फिर ई रिक्शा सी लेने, ई रिक्शा तो बाद जी। ਫੀਸ ਸਾਹਮਣੇ ਅਗਰ ਤਾਂ ਤੁਹਾਡੇ ਕੋਲ $20 ਹੈਗੇ ਆ, ਤੁਸੀਂ ਮਤਲਬ ਨਾਲ ਲੈ ਕੇ ਆਏ ਆ ਤਾਂ ਠੀਕ ਆ, ਤਾਂ ਸਾਹਮਣੇ ਕਾਊਂਟਰ 'ਤੇ ਤੁਸੀਂ ਜਾਣਾ ਅਤੇ ਇੱਥੇ ਫੀਸ ਜਮ੍ਹਾਂ ਕਰਾਉਣੀ ਤੁਸੀਂ ਆਪਣੀ, ਅਗਰ ਤੁਹਾਡੇ ਕੋਲ ਪੈਸੇ $20 ਹੈਗੇ ਆ। ਅਗਰ ਨਹੀਂ ਹੈਗੇ ਤੁਸੀਂ ਐਕਸਚੇਂਜ ਕਰਵਾਉਣੇ ਆ ਤਾਂ ਸਾਹਮਣੇ ਇੱਕ ਨੰਬਰ ਕਾਊਂਟਰ 'ਤੇ 1-2 'ਤੇ ਜਾ ਕੇ ਤੁਸੀਂ ਆਪਣੇ ਮਤਲਬ ਇੰਡੀਅਨ ਪੈਸੇ ਦੇ ਕੇ US ਮਨੀ ਲੈ ਸਕਦੇ ਆ, $US ਲੈ ਸਕਦੇ ਆ। ਜਿਨ੍ਹਾਂ ਕੋਲ ਹੈਗੇ ਆ, ਮੇਰਾ ਵੀਰ ਇੱਧਰ ਖੜ੍ਹੇ ਆ, ਉਹ ਪੈਸੇ ਪੇ ਕਰਕੇ ਇੱਥੇ ਇੱਕ ਰਸੀਦ ਮਿਲਣੀ ਆ। ਉਹ ਤੋਂ ਬਾਅਦ ਅਸੀਂ ਇਮੀਗ੍ਰੇਸ਼ਨ ਬਿਲਡਿੰਗ ਆ ਸਾਹਮਣੇ, ਇਮੀਗ੍ਰੇਸ਼ਨ ਬਿਲਡਿੰਗ ਵਾਲੀ ਸਾਈਡ ਚਲਾ ਜਾਣਾ, ਉੱਥੇ ਇਮੀਗ੍ਰੇਸ਼ਨ ਹੋ ਕੇ ਅਤੇ ਬਾਕੀ ਅੱਗੇ ਦਿਖਾਉਂਦਾ ਤੁਹਾਨੂੰ ਮੈਂ ਕੀ ਹੁੰਦਾ। ਤਾਂ ਮੈਂ ਫੀਸ ਪੇ ਕਰਨ ਜਾ ਰਿਹਾ $20। ਸੋ $20 ਪੇ ਹੋ ਚੁੱਕੇ ਆ ਮੇਰੇ।
$20 ਦੇ ਕੇ ਉਹਨੇ ਸਿਰਫ ਇੱਕ ਰਸੀਦ ਦਿੱਤੀ ਮੈਨੂੰ। ਇਹ ਰਸੀਦ ਹੀ ਸਾਰਾ ਕੁਛ ਹੈ ਇੱਥੇ, ਕੋਈ ਪਾਸਪੋਰਟ ਨਹੀਂ ਹੁੰਦਾ ਇੱਥੇ, ਚੈਕਿੰਗ ਵਗੈਰਾ ਕੁਛ ਪਾਸਪੋਰਟ 'ਤੇ ਮੋਹਰ ਨਹੀਂ ਲੱਗਦੀ ਗੇ। ਜਿੱਥੇ ਜਦੋਂ ਮੈਂ ਇੰਡੀਆ ਵਾਲੀ ਸਾਈਡ ਇਮੀਗ੍ਰੇਸ਼ਨ ਕਰਵਾਈ ਸੀ ਉੱਥੇ ਮੋਹਰ ਲੱਗੀ ਸੀ, ਜਿਹੜਾ ਮੇਰਾ ETA ਦਾ ਮੈਂ ਫੋਟੋਕਾਪੀ ਮਤਲਬ ਪ੍ਰਿੰਟ ਆਊਟ ਕਢਾ ਕੇ ਲੈ ਕੇ ਆਇਆ ਸੀ ਉਹਦੇ ਉੱਪਰ ਮੋਹਰ ਲੱਗੀ ਸੀ ਇੰਡੀਆ ਵਾਲੀ ਸਾਈਡ ਤੋਂ। ਇੱਥੇ ਪਾਕਿਸਤਾਨ ਵਾਲੀ ਸਾਈਡ 'ਤੇ ਜਿਹੜੇ ਮੈਂ $20 ਦੇ ਉੱਤੇ ਉਹਨੇ ਇੱਕ ਰਸੀਦ ਦਿੱਤੀ ਸੀ, ਸਿਰਫ ਉਹਦੇ 'ਤੇ ਮੋਹਰ ਲੱਗੀ ਹੈ ਬਸ, ਔਰ ਜਿਹੜੀ ਰਸੀਦ ਆ ਇਹਨੀ, ਹੋਰ ਕੁਛ ਚੈੱਕ ਨਹੀਂ ਕੀਤਾ, ਰਸੀਦ 'ਤੇ ਮੋਹਰ ਲਾ ਦਿੱਤੀ $20 ਲੈ ਕੇ। ਅਤੇ ਸਾਹਮਣੇ ਮੇਰੇ ਬਿਲਕੁਲ ਇਮੀਗ੍ਰੇਸ਼ਨ ਬਿਲਡਿੰਗ ਆ, ਆਰਮੀ ਵਾਲੇ ਇੱਥੇ ਕਹਿ ਰਹੇ ਸੀ ਕਿ ਅੰਦਰ ਅਲਾਊਡ ਨਹੀਂ ਹੈਗਾ ਕੈਮਰਾ, ਸੋ ਅੰਦਰ ਦੀ ਮੈਂ ਵੀਡੀਓ ਨਹੀਂ ਬਣਾਊਂਗਾ। ਅੰਦਰ ਕੈਮਰਾਸ ਅਲਾਊਡ ਹੈ? ਓਕੇ, ਬਸ ਇਨਸਾਈਡ ਨਹੀਂ ਅਲਾਊਡ। ਓਕੇ, ਔਰ ਬਾਕੀ ਆਪ ਜਿੱਧਰ ਯੂਜ਼ ਕਰਨਾ ਚਾਹੇ ਕਰ ਸਕਦੇ ਹੈ। ਓਕੇ ਓਕੇ ਓਕੇ, ਠੀਕ ਹੈ ਸਰ, ਠੀਕ ਹੈ ਸਰ। ਸੋ ਇਮੀਗ੍ਰੇਸ਼ਨ ਪਾਕਿਸਤਾਨ ਵਾਲੀ ਵੀ ਡਨ ਹੋ ਗਈ ਆ, ਤੋਂ ਬਾਅਦ ਸਾਨੂੰ ਇੱਕ ਜਿੱਦਾਂ ਗਲੇ 'ਚ ਪਾਉਣ ਨੂੰ ID ਕਾਰਡ ਦਿੱਤਾ ਜਾਂਦਾ, ਇਹ ID ਕਾਰਡ ਹੀ ਸਾਰਾ ਕੁਛ ਆ ਸਾਡੇ ਲਈ ਹੁਣ, ਜਿੰਨਾ ਟਾਈਮ ਅਸੀਂ ਇੱਥੇ ਹਾਂ ਮਤਲਬ ਇਹੀ ਸਾਡੀ ਪਹਿਚਾਣ ਕਰਾਊਗਾ ਜਿਹੜਾ ID ਕਾਰਡ ਆ। ਅਤੇ ਬੇਸਿਕ ਚੈਕਿੰਗ ਹੁੰਦੀ ਹੈ ਤੁਹਾਡੇ ਲਗੇਜ ਦੀ, ਜੋ ਤੁਸੀਂ ਸਮਾਨ ਲੈ ਕੇ ਆਏ ਆ, ਦੋਨਾਂ ਟਾਈਪ ਦੋਨਾਂ ਸਾਈਡ ਹੁੰਦੀ ਹੈ, ਇੰਡੀਅਨ ਸਾਈਡ ਵੀ ਪਾਕਿਸਤਾਨ ਵਾਲੀ ਸਾਈਡ ਵੀ, ਜਿੱਦਾਂ ਏਅਰਪੋਰਟ 'ਤੇ ਚੈਕਿੰਗ ਹੁੰਦੀ ਪ੍ਰੋਪਰ ਉੱਦਾਂ ਚੈਕਿੰਗ ਹੁੰਦੀ ਆ। ਇੱਕ ਮੈਂ ਹੋਰ ਦੇਖਿਆ ਮੇਰੇ ਨਾਲ ਇੱਕ ਫੈਮਿਲੀ ਆ ਰਹੀ ਸੀ ਹੁਣ ਇੱਥੇ, ਉਹ ਰੁਮਾਲਾ ਸਾਹਿਬ ਲੈ ਕੇ ਆਏ ਸੀ ਆਪਣੇ ਇੰਡੀਆ ਤੋਂ, ਰੁਮਾਲਾ ਸਾਹਿਬ ਲੈ ਕੇ ਆਏ ਸੀ ਇੱਥੇ ਚੜ੍ਹਾਉਣ ਦੇ ਲਈ। ਅਤੇ ਅਗਰ ਕੋਈ ਲਿਆਉਣਾ ਚਾਹਵੇ, ਕੋਈ ਇੱਛੁਕ ਆ ਰੁਮਾਲਾ ਸਾਹਿਬ ਚੜ੍ਹਾਉਣ ਦੇ ਲਈ, ਪ੍ਰਸ਼ਾਦ ਵੀ ਲੈ ਕੇ ਆਏ ਸੀ, ਕੋਈ ਬਰਫੀ ਐਕਸੈਟਰਾ ਕੁਛ ਲੈ ਕੇ ਆਏ ਸੀ, ਮਤਲਬ ਉਹ ਵੀ ਉਹਨੀ ਲੰਘਾ ਦਿੱਤੀ ਮੇਰੇ ਨਾਲ ਹੀ। ਅਗਰ ਕੋਈ ਪ੍ਰਸ਼ਾਦ ਵੀ ਲੈ ਕੇ ਆਉਣਾ ਚਾਹੁੰਦਾ ਲਿਆ ਸਕਦਾ, ਰੁਮਾਲਾ ਸਾਹਿਬ ਵੀ ਲੈ ਕੇ ਆ ਸਕਦੇ ਆ। ਸੋ ਇਮੀਗ੍ਰੇਸ਼ਨ ਪਾਸ ਕਰਕੇ ਇਹ ਵਾਲੀ ਬੱਸ ਆ ਜਿਹੜੀ ਸਾਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਆ। ਇੱਕ ਵੀਰ ਆ ਜਿਹੜੇ ਮਤਲਬ ਮੇਰੇ ਪਿੱਛੇ ਹੁਣ ਬੱਸ ਦੇ ਵਿੱਚ ਚੜ੍ਹੇ ਆ, ਉਹ 5-4 ਕਿਲੋ ਨਾ ਹਰੀਆਂ ਮਿਰਚਾਂ ਲੈ ਕੇ ਆਏ ਸੀ। ਉਹ ਕਹਿੰਦੇ ਇੱਥੇ ਸਮ ਰੀਜ਼ਨ ਮਤਲਬ ਮਿਰਚਾਂ ਘੱਟ ਆ ਬਹੁਤ ਇੱਥੇ, ਸੋ ਗੁਰਦੁਆਰਾ ਸਾਹਿਬ ਲਈ ਮਿਰਚਾਂ ਚੜ੍ਹਾਉਣੇ ਲੈ ਕੇ ਆਏ ਆ, ਮਿਰਚਾਂ ਅਤੇ ਟਮਾਟਰ ਗੁਰਦੁਆਰਾ ਸਾਹਿਬ ਲਈ ਲੈ ਕੇ ਆਏ ਆ। ਅਤੇ ਕੋਈ ਰੋਕ ਟੋਕ ਨਹੀਂ ਹੋਈ ਉਹਦੇ ਵਿੱਚ ਚੜ੍ਹਾਉਣੇ ਲਈ, ਅਗਰ ਤੁਸੀਂ ਕਿਸੇ ਦਾ ਦਿਲ ਹੋਵੇ ਕਿਸੇ ਦੇ ਖੇਤ ਵਿੱਚ ਲੱਗੀਆਂ, ਉਹ ਕਿਸੇ ਨੇ ਆਉਣਾ ਆ ਫਿਊਚਰ ਦੇ ਵਿੱਚ, ਉਹ ਤੁਸੀਂ ਵੀ ਲੈ ਕੇ ਆ ਸਕਦੇ ਆ, ਕੋਈ ਰੋਕ ਟੋਕ ਨਹੀਂ ਹੈਗੀ, ਨਾਲੇ ਸੇਵਾ 'ਚ ਥੋੜ੍ਹਾ ਜਿਹਾ ਤੁਹਾਡਾ ਹਿੱਸਾ ਰਹਿ ਜਾਊਗਾ। ਸਾਰਿਆਂ ਦਾ ਡ੍ਰੀਮ ਹੈਗਾ ਆ ਕਿ ਅਸੀਂ ਕਰਤਾਰਪੁਰ ਸਾਹਿਬ ਵਿਜ਼ਿਟ ਕਰੀਏ, ਪਰ ਮੈਂ ਆਪਣੇ ਆਪ ਨੂੰ ਇੰਨਾ ਕੁ ਲੈ ਕੇ ਸਮਝਦਾ ਕਿ ਮੈਂ ਵਿਜ਼ਿਟ ਕਰ ਲਿਆ ਅੱਜ। ਇਹ ਰਿਵਰ ਰਾਵੀ ਰਿਵਰ ਹੈ ਇਹ ਪਾਕਿਸਤਾਨ ਦੇ ਵਿੱਚ ਜਿਹੜਾ, ਇੱਥੋਂ ਅੱਗੇ ਗੁਰਦੁਆਰਾ ਸਾਹਿਬ ਆ, ਅਸੀਂ ਪੈਦਲ ਵੀ ਜਾ ਸਕਦੇ, ਲਗਭਗ 3-4 ਕਿਲੋਮੀਟਰ ਆ ਇਮੀਗ੍ਰੇਸ਼ਨ ਟਰਮੀਨਲ ਤੋਂ, ਪੈਦਲ ਵੀ ਅਸੀਂ ਜੇ ਜਾਣਾ ਚਾਹੀਏ ਤਾਂ ਜਾ ਸਕਦੇ ਹਾਂ, ਲੇਕਿਨ ਅਸੀਂ ਬੱਸ ਦੇ ਵਿੱਚ ਬੈਠੇ ਹਾਂ ਇਸ ਟਾਈਮ। ਸਭ ਤੋਂ ਪਹਿਲਾਂ ਜੀ ਪੰਜਾਬ ਟੂਰਿਸਟ ਪੁਲਿਸ ਪਾਕਿਸਤਾਨ ਦੀ ਤਰਫੋਂ ਤਮਾਮ ਵੀਰਾਂ ਨੂੰ, ਸਰਦਾਰਾਂ ਨੂੰ, ਮਾਵਾਂ ਨੂੰ, ਭੈਣਾਂ ਨੂੰ ਪਾਕਿਸਤਾਨ ਆਉਣ 'ਤੇ ਦਿਲ ਦੀਆਂ ਅਥਾਹ ਗਹਿਰਾਈਆਂ ਤੋਂ ਖੁਸ਼ ਆਮਦੀਦ, ਵੈਲਕਮ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ ਤੁਸੀਂ ਪਾਕਿਸਤਾਨ ਆਏ। ਵੀਰ ਜੀ ਤੁਸੀਂ ਆਪਣੇ ਪਾਸਪੋਰਟ ਡਾਕੂਮੈਂਟ ਵਗੈਰਾ ਸੰਭਾਲ ਲੈਣੇ ਨੇ, ਦਰਬਾਰ ਸਾਹਿਬ ਦੇ ਅੰਦਰ ਮਜ਼ੀਦ ਕਿਸੇ ਜਗ੍ਹਾ ਚੈਕਿੰਗ ਨਹੀਂ ਹੋਏਗੀ, ਇਹ ਵਾਪਸੀ 'ਤੇ ਤੁਹਾਨੂੰ ਜ਼ਰੂਰਤ ਪੈਣੀ ਹੈ। ਤੁਹਾਨੂੰ ਜਿਹੜੇ ਕਾਰਡ ਮਿਲੇ ਨੇ ਇਹ ਆਪਣੀ ਗਲੀਆਂ 'ਚ ਤੁਸੀਂ ਪਾ ਕੇ ਰੱਖਣੇ ਨੇ, ਕਿਸੇ ਨਾਲ ਚੇਂਜ ਨਹੀਂ ਕਰਨੇ, ਗੁੰਮ ਨਹੀਂ ਕਰਨੇ। ਵੀਰ ਜੀ ਤੁਸੀਂ 4 ਵਜੇ ਤੱਕ ਇੱਥੇ ਹੋ, ਉਸ ਤੋਂ ਪਹਿਲਾਂ ਵੀ ਤੁਸੀਂ ਜਾਣਾ ਚਾਹੋ ਸੇਮ ਇਸੇ ਜਗ੍ਹਾ ਤੋਂ ਤੁਹਾਨੂੰ ਬੱਸ ਮਿਲੇਗੀ, ਹਰ 10 ਮਿੰਟ ਬਾਅਦ ਬੱਸ ਵਾਪਸ ਜਾਂਦੀ ਹੈ। ਤੁਹਾਡੀ ਬੈਕ ਸਾਈਡ 'ਤੇ ਵਾਈਟ ਰੰਗ ਦੀ ਬਿਲਡਿੰਗ ਹੈ, ਇਹਦੇ ਅੰਦਰੋਂ ਦੀ ਬਾਹਰ ਨਿਕਲੋਗੇ ਅੱਗੇ ਬੱਸ ਮਿਲ ਜਾਏਗੀ। ਮੇਨ ਦਰਬਾਰ ਸਾਹਿਬ ਬਿਲਕੁਲ ਦਰਮਿਆਨ ਦੇ ਵਿੱਚ ਨੇ, ਦਰਬਾਰ ਸਾਹਿਬ ਦੇ ਅਗਲੀ ਵਾਲੀ ਸਾਈਡ ਜਿਹੜਾ ਬਰਾਮਦਾ ਹੈ ਉਹਦੇ ਦੋਨੋਂ ਕਾਰਨਰਾਂ ਦੇ ਉੱਤੇ ਵਾਸ਼ਰੂਮ ਨੇ, ਉੱਥੇ ਐਕਸਟਰਾ ਜੋੜੇ ਰੱਖੇ ਹੋਏ ਨੇ। ਆਪ ਜੀ ਜੈਸੇ ਹੀ ਅੰਦਰ ਇੰਟਰ ਹੋਵੋਗੇ ਆਪਦੀ ਰਾਈਟ ਸਾਈਡ 'ਤੇ ਜੋੜਾ ਘਰ ਹੈ, ਉੱਥੇ ਤੁਸੀਂ ਆਪਣੇ ਜੋੜੇ ਜਮ੍ਹਾਂ ਕਰਵਾਓਗੇ। ਉਹਨਾਂ ਜਿਹੜਾ ਰੂਮ ਹੈ 3rd ਡੋਰ, ਉਹ ਗਟਰੀ ਘਰ ਲੋਕਰ ਰੂਮ ਹੈ, ਅਗਰ ਤੁਸੀਂ ਕੋਈ ਐਕਸਟਰਾ ਸਮਾਨ ਰੱਖਣਾ ਚਾਹੋ ਤੁਸੀਂ ਰੱਖ ਸਕਦੇ ਹੋ, ਤੁਸੀਂ ਆਪਣਾ ਸਮਾਨ ਆਪਣੇ ਨਾਲ ਵੀ ਕੈਰੀ ਕਰ ਸਕਦੇ ਹੋ। ਅੰਦਰੋਂ ਫਾਰਗ ਹੋਣ ਤੋਂ ਬਾਅਦ ਅਗਰ ਤੁਸੀਂ ਜੋੜੇ ਪਾ ਕੇ ਮਾਰਕੀਟ ਜਾਣਾ ਚਾਹੋ, ਤੁਹਾਡੀ ਲੈਫਟ ਸਾਈਡ 'ਤੇ ਮਾਰਕੀਟ ਹੈ, ਅਗਰ ਤੁਸੀਂ ਖੇਤੀ ਸਾਹਿਬ ਜਾਣਾ ਚਾਹੋ ਤਾਂ ਤੁਹਾਡੀ ਰਾਈਟ ਸਾਈਡ 'ਤੇ ਖੇਤੀ ਸਾਹਿਬ ਹੈ। ਦਰਬਾਰ ਸਾਹਿਬ ਦੇ ਅੰਦਰ ਜਗ੍ਹਾ ਜਗ੍ਹਾ ਸਾਈਨ ਬੋਰਡ ਲੱਗੇ ਹੋਏ ਨੇ, ਇੰਗਲਿਸ਼ ਦੇ ਵਿੱਚ, ਗੁਰਮੁਖੀ ਦੇ ਵਿੱਚ, ਉਰਦੂ ਦੇ ਵਿੱਚ, ਤੁਹਾਨੂੰ ਉਹ ਵੀ
ਹੈਲਪ ਕਰਦੇ ਰਹਿਣਗੇ। ਉਸ ਤੋਂ ਇਲਾਵਾ ਤੁਹਾਨੂੰ ਕਿਸੇ ਹੈਲਪ ਦੀ ਮਦਦ ਦੀ ਜ਼ਰੂਰਤ ਹੈ, ਪੰਜਾਬ ਟੂਰਿਸਟ ਪੁਲਿਸ ਤੁਹਾਡੀ ਮਦਦ ਲਈ ਇੱਥੇ ਮੌਜੂਦ ਹੈ। ਪਾਕਿਸਤਾਨ ਆਉਣ ਦਾ ਬਹੁਤ ਸ਼ੁਕਰੀਆ, ਵੈਲਕਮ, ਥੈਂਕ ਯੂ। ਜੋੜੇ ਜਮ੍ਹਾਂ ਕਰਕੇ ਟੋਕਨ ਮਿਲ ਗਿਆ। ਵਾਹਿਗੁਰੂ ਦਾ ਨਾਂ ਲੈ ਕੇ ਮੱਥਾ ਟੇਕਦੇ ਹਾਂ। ਮਤਲਬ ਮੈਂ ਇੰਨਾ ਜ਼ਿਆਦਾ ਲੱਕੀ ਹਾਂ ਨਾ, ਇੰਨਾ ਜ਼ਿਆਦਾ ਲੱਕੀ ਆਪਣੇ ਆਪ ਨੂੰ ਅੱਜ ਫੀਲ ਕਰ ਰਿਹਾ। ਮੇਰੇ ਦਿਲ ਦੀ ਚਾਹਤ ਸੀ ਜਦੋਂ ਇਹ ਲਾਂਘਾ ਖੁੱਲ੍ਹਿਆ ਸੀ ਕਿ ਮੈਂ ਇੱਥੇ ਵਿਜ਼ਿਟ ਕਰਾਂ, ਮੈਨੂੰ ਨਹੀਂ ਸੀ ਪਤਾ ਕਿ ਮੈਂ ਇੰਨੀ ਜਲਦੀ ਵਿਜ਼ਿਟ ਕਰੂੰਗਾ। ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਇਸ ਵੇਲੇ ਜੋੜਾ ਜਮ੍ਹਾਂ ਕਰਾ ਕੇ ਆਪਣੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੰਦਰ ਖੜ੍ਹਾ। ਬਿਲਕੁਲ ਮੇਰੇ ਸਾਹਮਣੇ ਗੁਰਦੁਆਰਾ ਸਾਹਿਬ ਆ, ਬਾਬਾ ਨਾਨਕ ਜੀ ਦਾ। ਮਤਲਬ ਇੰਨੀ ਕੁ ਸਫਾਈ ਆ ਇੱਥੇ, ਇੰਨੀ ਜ਼ਿਆਦਾ ਸਫਾਈ ਆ, ਇੰਨਾ ਜ਼ਿਆਦਾ ਕਲੀਨ ਆ, ਮੈਂ ਬਿਆਨ ਨਹੀਂ ਕਰ ਸਕਦਾ। ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਸਾਰੇ ਜਾਣੇ ਇੱਥੇ। ਅਤੇ ਸੁਣਨੇ ਵਿੱਚ ਆਇਆ ਇੱਥੇ ਕਿ ਦੁਨੀਆ ਦਾ ਸਭ ਤੋਂ ਮਤਲਬ ਵੱਡਾ ਗੁਰਦੁਆਰਾ ਸਾਹਿਬ ਇਹ ਆ, ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਦੁਨੀਆ ਦੇ ਵਿੱਚ ਹੈਗਾ, ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਜੀ, ਸਭ ਤੋਂ ਵੱਡਾ। ਜਿਹੜੇ ਮੁਸਲਮਾਨ ਕਮਿਊਨਿਟੀ ਦੇ ਲੋਕ ਸੀਗੇ, ਉਹਨੀ ਗੁਰੂ ਨਾਨਕ ਦੇਵ ਜੀ ਦੀ ਚਾਦਰ ਅਤੇ ਫੁੱਲ ਉਹਨੀ ਉੱਥੇ ਮਤਲਬ ਦਫਨ ਕੀਤੇ ਸੀਗੇ। ਤਸਵੀਰਾਂ ਉੱਥੇ ਨਹੀਂ ਬਹੁਤੀਆਂ ਖਿੱਚ ਸਕਦੇ, ਦੈਟਸ ਵਾਈ ਮੈਂ ਇੱਧਰ ਵਾਪਸ ਆ ਗਿਆ ਸੀ ਕੈਮਰਾ ਲੈ ਕੇ। ਜ਼ਿੰਦਗੀ ਦੇ ਵਿੱਚ ਤੇਰਾ ਬੁਰਾ ਕੋਈ ਕਰ ਹੀ ਨਹੀਂ ਸਕੇਗਾ, ਇਹ ਗੁਰੂ ਨਾਨਕ ਦਾ ਸਿਧਾਂਤ ਹੈ। ਜਿਹੜਾ ਸਤਿਗੁਰਾਂ ਨੇ ਦੇਸ਼ ਦਿੱਤਾ, ਇੱਥੇ ਰਹਿ ਕੇ ਉਹਨਾਂ ਨੇ ਕਿਰਤ ਕੀਤੀ, ਉਹਨਾਂ ਨੇ ਸਾਨੂੰ ਕਰਕੇ ਦਿਖਾਇਆ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਵੀਡੀਓ ਕਾਫੀ ਲੰਬੀ ਹੋਣ ਕਰਕੇ ਇਹ ਪਾਰਟ 1 ਮੈਂ ਕ੍ਰੀਏਟ ਕੀਤਾ ਆ, ਅਤੇ ਲਗਭਗ 2 ਵੀਡੀਓ ਹੋਰ ਬਣ ਜਾਣੀਆਂ, ਇਸ ਲਈ ਮੈਂ ਬਹੁਤੀ ਲੰਬੀ ਨਹੀਂ ਕੀਤੀ ਵੀਡੀਓ। ਨੈਕਸਟ ਵੀਡੀਓ ਦੇਖਣ ਦੇ ਲਈ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇੱਕ ਲਿੰਕ ਦਿੱਤਾ, ਉਹ ਲਿੰਕ ਦੇਖ ਕੇ ਤੁਸੀਂ ਅਗਰ ਖੁਦ ਅਪਲਾਈ ਕਰਨਾ ਚਾਹੋ, ਔਨਲਾਈਨ ਰਜਿਸਟਰ ਕਰਨਾ ਚਾਹੋ, ਤਾਂ ਖੁਦ ਤੁਸੀਂ ਰਜਿਸਟਰ ਕਰ ਸਕਦੇ ਹਾਂ। ਵੀਡੀਓ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ।